ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। ਸੋ ਅੱਜ ਮੈਂ ਤੁਹਾਨੂੰ ਇਨਵਾਈਟ ਕਰਨਾ ਚਾਹੁੰਦੀ ਹਾਂ ਆਪਣੇ ਪਠਾਨਕੋਟ ਈਵੈਂਟ ਲਈ, ਫੰਡ ਰੇਜ਼ਿੰਗ ਈਵੈਂਟ ਲਈ। ਸੋ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਮੈਂ ਸਾਰੇ ਹੀ ਮੌਲਸ ਦੇ ਮੈਨੇਜਮੈਂਟ ਦੀ। ਸਪੈਸ਼ਲੀ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕੀਤਾ ਸੀ ਅੰਮ੍ਰਿਤਸਰ ਤੋਂ, ਮੌਲ ਆਫ ਅੰਮ੍ਰਿਤਸਰ ਦੇ ਵਿੱਚ ਅਸੀਂ ਫੰਡ ਰੇਜ਼ਿੰਗ ਈਵੈਂਟ ਕੀਤਾ। ਫਿਰ ਅਸੀਂ ਟ੍ਰਿਲੀਅਮ ਵਿੱਚ ਫੰਡ ਰੇਜ਼ਿੰਗ ਈਵੈਂਟ ਕੀਤਾ ਅੰਮ੍ਰਿਤਸਰ ਦੇ ਵਿੱਚ। ਉਸ ਤੋਂ ਬਾਅਦ ਅਸੀਂ ਰੀਸੈਂਟਲੀ ਲਾਸਟ ਵੀਕਐਂਡ ਅਸੀਂ MBD ਨਿਓਪੋਲਿਸ ਦੇ ਵਿੱਚ ਆਪਣਾ ਈਵੈਂਟ ਕੀਤਾ, ਫੰਡ ਰੇਜ਼ਿੰਗ ਈਵੈਂਟ, ਅਤੇ ਜਿਹਦੇ ਵਿੱਚ ਸਾਨੂੰ ਅਰਾਊਂਡ 3 to 4,000 ਦੀ ਕਲੈਕਸ਼ਨ ਹੋਈ ਉਸ ਦਿਨ। ਐਂਡ ਈਵਨ ਮੌਲ ਆਫ ਅੰਮ੍ਰਿਤਸਰ ਜਾਂ ਟ੍ਰਿਲੀਅਮ ਮੌਲ ਦੇ ਵਿੱਚ ਅਸੀਂ 10,000 ਪਲੱਸ ਦੀ ਜਿਹੜੀ ਆ ਫੰਡ ਰੇਜ਼ਿੰਗ ਅਸੀਂ ਕਰਨ ਵਿੱਚ ਕਾਮਯਾਬ ਹੋਏ ਹਾਂ। ਸੋ ਈਵਨ ਕਾਫੀ ਕਾਲਜਿਸ ਆ ਜਿਹੜੇ ਅੱਗੇ ਆ ਰਹੇ ਨੇ, ਬਹੁਤ ਜਲਦੀ ਹੀ ਅਸੀਂ LPU ਵਿੱਚ ਆਪਣਾ ਈਵੈਂਟ ਕਰਾਂਗੇ। ਅਤੇ ਰੀਸੈਂਟਲੀ ਥਾਪੜ ਯੂਨੀਵਰਸਿਟੀ ਨੇ ਫੰਡ ਰੇਜ਼ਿੰਗ ਈਵੈਂਟ ਕੀਤਾ ਜਿਹਦੇ ਵਿੱਚ ਉਹਨਾਂ ਨੇ ਸਾਡੇ ਲਈ 6,000 ਦਾ ਜਿਹੜਾ ਫੰਡ ਰੇਜ਼ ਕੀਤਾ। ਸੋ ਇਹ ਸਾਰੇ ਹੀ ਫੰਡਸ ਜਿਹੜੇ ਸਾਨੂੰ ਸਮੂਥਲੀ ਆਪਣੀ NGO ਰਨ ਕਰਨ 'ਚ ਹੈਲਪ ਕਰਦੇ ਨੇ, ਅਤੇ ਨਾਲ ਨਾਲ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਅਸੀਂ ਸ਼ੂ ਗਿਵਿੰਗ ਕੈਂਪੇਨ ਲਈ ਕੰਮ ਕਰਦੇ ਹਾਂ। ਸੋ ਇਹ ਵੀਡੀਓ ਮੈਂ ਸਪੈਸ਼ਲੀ ਪਠਾਨਕੋਟ ਨਿਵਾਸੀਆਂ ਲਈ ਪਾਈ ਹੈ। ਪਠਾਨਕੋਟ ਦੇ ਆਲੇ ਦੁਆਲੇ ਜਿੰਨੇ ਪਿੰਡ ਨੇ ਜਾਂ ਪਠਾਨਕੋਟ ਦੇ ਵਿੱਚ ਜਿਹੜੇ ਰਹਿ ਰਹੇ ਨੇ ਉਹਨਾਂ ਸਾਰਿਆਂ ਲਈ ਇਹ ਵੀਡੀਓ ਮੈਂ ਅੱਜ ਪਾਈ ਹੈ। ਸਾਰਿਆਂ ਨੂੰ ਮੈਂ ਇਨਵਾਈਟ ਕਰਨਾ ਚਾਹੁੰਦੀ ਹਾਂ ਕਿ 30th September ਐਂਡ 1st October ਅਸੀਂ ਨੋਵਲਟੀ ਮੌਲ ਪਠਾਨਕੋਟ ਵਿੱਚ ਹੋਵਾਂਗੇ। ਸੋ ਈਵਨ ਪਿੱਛੋਂ ਮੇਰਾ ਸ਼ਡਿਊਲ ਕਾਫੀ ਬਿਜ਼ੀ ਸੀ ਅਤੇ ਮੈਂ ਇੱਕ ਇੱਕ ਦੋ ਦੋ ਘੰਟੇ ਹੀ ਮੌਲ ਐਕਟੀਵਿਟੀਜ਼ ਵਿੱਚ ਮੈਂ ਪਾਰਟੀਸਪੇਟ ਕੀਤਾ। ਸੋ ਇਸ ਵਾਰ 30th September ਨੂੰ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਮੈਂ ਫੁੱਲ ਡੇ ਜਿਹੜਾ ਵਾ ਉਸ ਈਵੈਂਟ ਵਿੱਚ ਪਾਰਟੀਸਪੇਟ ਕਰਾਂ, ਆਪਣੀ ਟੀਮ ਦੀ ਹੈਲਪ ਕਰਾਂ ਫੰਡ ਰੇਜ਼ਿੰਗ ਲਈ। ਸੋ ਸਾਰੇ ਹੀ ਪਠਾਨਕੋਟ ਨਿਵਾਸੀਆਂ ਨੂੰ ਮੇਰਾ ਇਨਵਾਈਟੇਸ਼ਨ ਆ ਕਿ ਪਲੀਜ਼ ਤੁਸੀਂ ਮੌਲ ਵਿਜ਼ਿਟ ਕਰੋ। ਜੇ ਤੁਸੀਂ ਸਾਡੀ ਸੰਸਥਾ ਨਾਲ ਜੁੜਨਾ ਚਾਹੁੰਦੇ ਹੋ ਜਾਂ ਸਾਡੇ NGO ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਦਿਨ ਆ ਕੇ ਵਾਲੰਟੀਅਰ ਰਜਿਸਟ੍ਰੇਸ਼ਨ ਕਰ ਸਕਦੇ ਹੋ, ਡਾਇਰੈਕਟ ਡੋਨੇਸ਼ਨਸ ਕਰ ਸਕਦੇ ਹੋ। ਸੋ ਮੌਲ ਐਕਟੀਵਿਟੀਜ਼ ਵਿੱਚ ਅਸੀਂ ਡਿਫਰੈਂਟ ਗੇਮਸ ਜਿਹੜੀਆਂ ਖਿਡਾਉਂਦੇ ਹਾਂ, ਤੁਸੀਂ ਨਾਲ ਆਪਣੀ ਫੈਮਲੀ ਨੂੰ ਲੈ ਕੇ ਆ ਸਕਦੇ ਹੋ, ਆਪਣੇ ਕਿਡਸ ਨੂੰ ਲੈ ਕੇ ਆ ਸਕਦੇ ਹੋ। ਸੋ ਡਿਫਰੈਂਟ ਗੇਮਸ ਅਸੀਂ ਖਿਡਵਾਉਂਦੇ ਹਾਂ ਜਿਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਪੇਡ ਗੇਮਸ ਹੋਣ ਅਤੇ ਅਸੀਂ ਉਹਨਾਂ ਤੋਂ ਜਿਹੜਾ ਦੂਸਰਿਆਂ ਦਾ ਐਂਟਰਟੇਨਮੈਂਟ ਵੀ ਹੋ ਸਕੇ ਅਤੇ ਉਹਦੇ ਤੋਂ ਅਸੀਂ ਫੰਡ ਰੇਜ਼ ਵੀ ਕਰ ਸਕੀਏ, ਅਤੇ ਉਸ ਫੰਡ ਨੂੰ ਅਸੀਂ ਸ਼ੂ ਗਿਵਿੰਗ ਵਿੱਚ ਜਾਂ ਆਪਣੀ NGO ਨੂੰ ਸਮੂਥਲੀ ਰਨ ਕਰਨ 'ਚ ਜਿਹੜਾ ਵਾ ਅਸੀਂ ਯੂਜ਼ ਕਰ ਸਕਦੇ ਹਾਂ। ਸੋ ਇਹ ਜਿਹੜਾ ਫੰਡ ਰੇਜ਼ਿੰਗ ਅਸੀਂ ਲਗਾਤਾਰ ਕਰਦੇ ਜਾ ਰਹੇ ਹਾਂ, ਬਹੁਤ ਸਾਨੂੰ ਇਸ ਵਿੱਚ ਨਵੇਂ ਨਵੇਂ ਜਿਹੜੇ ਵਾਲੰਟੀਅਰਸ ਆ ਜਾਂ ਨਵੇਂ ਨਵੇਂ ਜਿਹੜੇ ਸਾਡੇ ਫੋਲੋਅਰ ਸਾਨੂੰ ਹਮੇਸ਼ਾ ਫੋਲੋ ਕਰਦੇ ਉਹਨਾਂ ਨੂੰ ਮਿਲਣ ਦਾ ਜਿਹੜਾ ਮੌਕਾ ਮਿਲਦਾ। ਸੋ ਇਸੇ ਕਰਕੇ ਅਸੀਂ ਡਿਫਰੈਂਟ ਲੋਕੇਸ਼ਨਸ ਨੂੰ ਚੂਜ਼ ਕਰ ਰਹੇ ਹਾਂ ਕਿ ਅਸੀਂ ਹਰ ਲੋਕੇਸ਼ਨ 'ਤੇ ਪਹੁੰਚੀਏ ਅਤੇ ਉੱਥੇ ਲੋਕਲ ਜਿਹੜੇ ਸਾਡੇ ਵਾਲੰਟੀਅਰਸ ਨੇ ਜਾਂ ਲੋਕਲ ਜਿਹੜੇ ਸਾਡੇ ਡੋਨਰਸ ਆ ਜਾਂ ਸਾਨੂੰ ਜਿਹੜੇ ਫੋਲੋ ਕਰਦੇ ਸਾਨੂੰ ਮਿਲਣਾ ਚਾਹੁੰਦੇ ਉਹ ਸਾਡੇ ਕੋਲ ਆਉਣ ਜਾਂ ਸਾਡੀ ਟੀਮ ਨੂੰ ਜਿਹੜਾ ਵਾ ਉਹ ਮਿਲ ਸਕਦੇ ਨੇ। ਸੋ ਸਾਰੇ ਪਠਾਨਕੋਟ ਨਿਵਾਸੀਆਂ ਨੂੰ ਮੇਰਾ ਇਨਵੀਟੇਸ਼ਨ ਆ 30th September ਅਤੇ 1st October। ਤੁਹਾਨੂੰ ਰਿਕੁਐਸਟ ਕਰਾਂਗੀ ਜੇ ਤੁਹਾਡੇ ਫਰੈਂਡਸ ਜਾਂ ਰਿਲੇਟਿਵਸ ਪਠਾਨਕੋਟ ਦੇ ਵਿੱਚ ਰਹਿੰਦੇ ਨੇ ਤਾਂ ਤੁਸੀਂ ਪਲੀਜ਼ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਕਿ ਸਾਡੀ ਜਿਹੜੀ ਟੀਮ ਆ ਉਹ 2 ਦਿਨ ਲਈ ਪਠਾਨਕੋਟ ਵਿੱਚ ਆ ਰਹੀ ਆ 30th September ਅਤੇ 1st October ਨੂੰ, ਅਤੇ ਅਸੀਂ ਇੱਕ ਅੱਛਾ ਜਿਹੜਾ ਹੁੰਗਾਰਾ ਚਾਹੁੰਦੇ ਹਾਂ ਪਠਾਨਕੋਟ ਤੋਂ ਤਾਂ ਕਿ ਇੱਕ ਅਸੀਂ ਅੱਛਾ ਫੰਡ ਰੇਜ਼ਿੰਗ ਜਿਹੜਾ ਕਰ ਸਕੀਏ ਜਿਹੜਾ ਕਿ ਵਾਕਈ ਸਾਨੂੰ ਹੈਲਪ ਕਰੇ। ਸੋ ਬਹੁਤ ਵਾਰੀ ਇੱਦਾਂ ਹੁੰਦਾ ਜਿੱਦਾਂ ਅਸੀਂ ਰੀਸੈਂਟਲੀ ਜਲੰਧਰ ਵਿੱਚ ਆਪਣਾ ਫੰਡ ਰੇਜ਼ਿੰਗ ਈਵੈਂਟ ਕੀਤਾ ਅਤੇ ਉਹਨਾਂ ਸਾਡਾ ਖਰਚਾ ਹੀ ਆ ਗਿਆ, ਫੰਡ ਰੇਜ਼ ਜਿਹੜਾ ਸੀ ਉਹਨਾਂ ਨਹੀਂ ਕਰ ਪਾਏ। ਸੋ ਇਹ ਇਸੇ ਲਈ ਹੁੰਦਾ ਹੈ ਕਿ ਜਦੋਂ ਅਸੀਂ ਆਪਣੀ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਜਾਂ ਦੂਸਰਿਆਂ ਨੂੰ ਮੋਟੀਵੇਟ ਨਹੀਂ ਕਰਦੇ ਕਿ ਨਹੀਂ ਅਸੀਂ ਜਾਣਾ ਹੈ। ਸੋ 10 rupees ਵੀ ਜਿਹੜਾ ਬਹੁਤ ਮੈਟਰ ਕਰਦਾ ਹੈ, ਅਤੇ ਜਿਹੜੇ ਡਾਇਰੈਕਟਲੀ ਸਾਨੂੰ ਮਿਲਣਾ ਚਾਹੁੰਦੇ ਨੇ ਜਾਂ ਡਾਇਰੈਕਟਲੀ ਡੋਨੇਟ ਕਰਨਾ ਚਾਹੁੰਦੇ ਨੇ ਉਹ ਵੀ ਸਾਡੇ ਕੋਲ ਉਸ ਦਿਨ ਆ ਸਕਦੇ ਨੇ। ਸੋ ਇਟਸ ਟੋਟਲੀ ਫਾਈਨ ਤੁਸੀਂ ਨਹੀਂ ਵੀ ਡੋਨੇਟ ਕਰਦੇ, ਮੈਨੂੰ ਬੜੀ ਖੁਸ਼ੀ ਹੋਵੇਗੀ ਜੇ ਤੁਸੀਂ 30th September ਨੂੰ ਸਿਰਫ ਮੇਰੀ ਟੀਮ ਨੂੰ ਇਨਕਰੇਜ ਕਰਨ ਆਓ ਅਤੇ ਮੈਨੂੰ ਮਿਲਣ ਆਓ। ਸੋ ਉਹਦੇ ਲਈ ਮੈਂ ਤੁਹਾਡੀ ਥੈਂਕਫੁਲ ਹੋਵਾਂਗੀ। ਬਹੁਤ ਬਹੁਤ ਸ਼ੁਕਰੀਆ ਸਾਡਾ ਕੰਮ ਲਾਈਕ ਕਰਨ ਲਈ, ਅਤੇ ਮੈਨੂੰ ਵੇਟ ਰਹੇਗੀ ਕਿ ਪਠਾਨਕੋਟ ਦੇ ਜਿੰਨੇ ਵੀ ਸਾਡੇ ਬ੍ਰਦਰ ਸਿਸਟਰਸ ਫਰੈਂਡਸ ਸਾਰੇ ਨੇ ਉਹ ਜ਼ਰੂਰ ਸਾਡੀ ਟੀਮ ਦਾ ਨੂੰ ਇਨਕਰੇਜ ਕਰਨ ਲਈ 30th September ਨੂੰ ਉਹ ਨੋਵਲਟੀ ਮੌਲ ਪਠਾਨਕੋਟ ਵਿੱਚ ਆਉਣਗੇ, ਅਤੇ ਇਸ ਵੀਡੀਓ ਨੂੰ ਆਪਣੇ ਜਿਹੜੇ ਪਠਾਨਕੋਟ ਵਿੱਚ ਫਰੈਂਡਸ ਨੇ ਜਾਂ ਪਠਾਨਕੋਟ ਵਿੱਚ ਜਿਹੜੇ ਰਿਲੇਟਿਵਸ ਨੇ ਉਹਨਾਂ ਨੂੰ ਟੈਗ ਕਰਕੇ ਸ਼ੇਅਰ ਕਰਨਗੇ ਤਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਆ ਪਾਰਟੀਸਪੇਟ ਕਰ ਸਕਣ। ਬਹੁਤ ਬਹੁਤ ਸ਼ੁਕਰੀਆ। ਮਨਦੀਪ ਕੌਰ ਸਿੱਧੂ।